ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਅਤੇ ਜ਼ਿਲ੍ਹਾ SAS ਨਗਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦਵਿੰਦਰ ਬਵੀਹਾ ਅਤੇ ਸੁੱਖਾ ਦਨੇਕੇ ਗਰੋਹ ਦੇ ਇੱਕ ਸਾਥੀ ਹੈਪੀ ਸਿੰਘ ਉਰਫ ਐਮੀ ਪੁੱਤਰ ਬਲਦੇਵ ਸਿੰਘ ਬਾਸੀ ਪਿੰਡ ਡੋਗ PS ਬਰੀਵਾਲ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ 32 ਕੈਲੀਬਰ ਬਰਾਮਦ ਕੀਤਾ ਗਿਆ ਅਤੇ ਉਸ ਕੋਲ 6 ਜਿੰਦਾ ਕਾਰਤੂਸ ਵੀ ਅਤੇ ਇੱਕ ਵਿਦੇਸ਼ੀ ਪਿਸਤੌਲ ਪ੍ਰਾਪਤ ਕੀਤਾ ਹੈ। ਉਸ ਅਤੇ ਉਸਦੇ ਸਾਥੀਆਂ ਵੱਲੋਂ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 12 ਮਿਤੀ 20/1/2022 ਅਧੀਨ 395, 382 ਅਤੇ 384A, 365, 120 IPC ਦੀ ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਸੀ। ਹੈਪੀ ਸਿੰਘ ਉਰਫ ਐਮੀ ਗੈਂਗਸਟਰ ਸੁੱਖਾ ਦਨੇਕੇ ਦਾ ਨਜ਼ਦੀਕੀ ਸਾਥੀ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹਦੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੱਡੀਆਂ ਘਿਨਾਉਣੀਆਂ ਅਪਰਾਧਿਕ ਗਤੀਵਿਧੀਆਂ ਜਿਵੇਂ ਕਿ ਕਤਲ, ਅਗਵਾ, ਫਰੋਤੀ ਅਤੇ ਚੋਰੀ ਆਦਿ ਵਿੱਚ ਸ਼ਾਮਲ ਹਨ। ਮੈਂਬਰ ਹੈਰੀ ਵਾਸੀ ਮੋੜ ਮੰਡੀ, ਹੈਰੀ ਵਾਸੀ ਰਾਜਪੁਰਾ ਅਤੇ ਮਨਪ੍ਰੀਤ, ਜਬਿੰਦਰ ਅਤੇ ਲੱਕੀ ਵਾਸੀ ਜੰਡਾਲੀ ਜੋ ਅਜਿਹੇ ਕੰਮਾਂ ਵਿੱਚ ਉਸਦਾ ਸਾਥ ਦਿੰਦੇ ਹਨ। ਕੈਨੇਡਾ ਵਿੱਚ ਕਤਲ, ਅਗਵਾ, ਜਬਰੀ ਵਸੂਲੀ ਆਦਿ ਵਾਰਤਾਂ ਨੂੰ ਅਜਿਹੇ ਕੰਮਾਂ ਵਿੱਚ ਇਹ ਸ਼ਾਮਲ ਹੁੰਦੇ ਹਨ। ਮੁੱਢਲੀ ਜਾਂਚ ਦੌਰਾਨ ਹੈਪੀ ਸਿੰਘ ਉਰਫ ਐਮੀ ਨੇ ਖੁਲਾਸਾ ਕੀਤਾ ਹੈ ਕਿ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਡਾਕਟਰ ਨੂੰ ਅਗਵਾ ਕਰਨ ਵਿੱਚ ਸ਼ਾਮਲ ਸੀ। ਜਦ ਡਾਕਟਰ ਆਪਣੀ ਪਤਨੀ ਨਾਲ ਘਰ ਗਿਆ ਸੀ ਤਾਂ ਸ੍ਰੀ ਮੁਕਤਸਰ ਸਾਹਿਬ ਦੇ ਥਾਣੇ ਕੋਲ ਸਵੇਰੇ ਜਦੋਂ ਸੈਰ ਕਰਨ ਦਾ ਉਹਨਾਂ ਨੇ ਉਸਨੂੰ ਅਗਵਾ ਕਰ ਲਿਆ। ਐਮੀ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਡਾਕਟਰ ਨੂੰ ਅਗਵਾ ਕਰਨ ਤੋਂ ਬਾਅਦ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਉਹਨਾਂ ਨੇ ਡਾਕਟਰ ਨੂੰ 3 ਘੰਟੇ ਤੋਂ ਵੱਧ ਸਮੇਂ ਤੱਕ ਆਪਣੇ ਕੋਲ ਰੱਖਿਆ, ਜਿਸ ਤੋਂ ਬਾਅਦ ਡਾਕਟਰ ਦੇ ਪਰਿਵਾਰ ਨੇ ਉਹਨਾਂ ਨੂੰ 25 ਲੱਖ ਦੀ ਫਿਰੌਤੀ ਦੇ ਦਿੱਤੀ, ਜਿਸ ਤੋਂ ਬਾਅਦ ਇਹਨਾਂ ਨੇ ਉਸਨੂੰ ਛੱਡ ਦਿੱਤਾ। ਇਹਦੇ ਚੱਲਦਿਆਂ ਇਸ ਉੱਪਰ ਮੁਕੱਦਮਾ ਚੱਲ ਰਿਹਾ ਸੀ 365 ਦਾ, 384 ਦਾ ਅਤੇ 25 ਅਸਲਾ ਐਕਟ ਦਾ ਧਾਰਾ ਇਸ ਉੱਪਰ ਚੱਲ ਰਹੀ ਸੀ। ਸਰ ਜਿਹੜਾ ਇੱਕ ਬੰਦਾ ਫੜਿਆ ਇਹਦੇ ਬਾਰੇ ਜਾਣਕਾਰੀ ਦਿਓਗੇ ਜੀ? ਹਾਂਜੀ, ਅਸੀਂ 20 ਤਰੀਕ ਨੂੰ ਮੌਕੇ 'ਤੇ ਮੌਜੂਦ ਸੀ। ਮੁੱਖ ਖਾਸ ਨੇ ਸਲਾਹ ਦਿੱਤੀ ਸੀ ਕਿ ਮੁਕਰੀ ਦਾ ਉੱਥੇ ਪਰਚਾ ਦਰਜ ਕਰਤਾ ਸੀ। ਪਰਚਾ ਦਰਜ ਕਰਕੇ ਅਸੀਂ ਨਾਕਾ ਲਾ ਲਿਆ ਸੀ। ਨਾਕੇ 'ਤੇ ਗੱਡੀ PV 65A 66 ਰੋਕੀ, ਜਿਸ ਵਿੱਚ ਇੱਕ ਸਵਾਰ ਵਿਅਕਤੀ ਹੈਪੀ ਉਰਫ ਐਮੀ ਰੋਕਿਆ, ਜੇ ਨੰਬਰ ਗਲਤ ਆਪਣੇ ਨੰਬਰ ਪਲੇਟ ਜਾਰੀ ਲਾਈ ਹੋਈ ਸੀ। ਚੈੱਕ ਕੀਤਾ, ਇੱਕ ਪਿਸਟਲ ਦੇਸੀ ਮਿਲਿਆ, 6 ਕਾਰਤੂਸ ਮਿਲੇ, ਜਿਸ ਨੂੰ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ, ਜੋ ਜੱਜ ਸਾਹਿਬ ਨੇ ਰਿਮਾਂਡ 25 ਤਰੀਕ ਨੂੰ ਪੇਸ਼ ਕਰਨ ਲਈ ਕਿਹਾ ਹੈ। ਸਰ ਇਹ ਕਿਹੜੀ ਜਗ੍ਹਾ ਨਾਕਾ ਲਾਇਆ ਸੀ ਜੀ? ਇਹ ਨਾਕਾ ਅਸੀਂ ਲਾਇਆ ਸੀ ਵੱਡਾ ਆਪਣੇ ਬਟਾਲੀ ਬੱਸ ਅੱਡਾ।